एक तरफ प्रशासन सुरक्षा को लेकर बड़े बड़े दावे कर रहा है तो दूसरी तरफ गुंडागर्दी की तस्वीरें भी सामने आ रही हैं। ताजा मामले की बात करें तो यह फिरोजपुर के गांव कुंडे से सामने आया है। मकान मालिक अमरीक सिंह ने कहा कि हम लोहड़ी पर्व पर अपनी बेटी को लोहड़ी देने गए थे, तभी पुरानी रंजिश के कारण शहर से 20 से 25 लोग आए और घर का ताला तोड़कर घर में घुस गए और घर का सामान तहसनहस कर दिया, तोड़ने लगे और आसपास के लोगों ने हमें बुलाया और देखा कि घर का फर्नीचर टूटा हुआ है और पीड़ित परिवार ने यह भी बताया कि हमलावरों ने घर में घुसकर गोलीबारी की और घर का फर्नीचर तोड़ दिया। घटना की सूचना दी गई। पीड़ित के सदमे में आए परिवार ने पुलिस को सूचना दी और पुलिस ने मौके पर आकर गोलियों के खोखे जब्त कर जांच शुरू कर दी है। यही 6 महीने पहला भी साढ़े पिंड गोली चला के गए ही, उसे रंजस नाजनामा हो गया बंद ने पा पू के, फिर रात 10 बजे के करीब आए हैं, 9:30-10 बजे अं तो घर चो निकले नहीं, डरते सारे को गोलियां सी, सारे पिस्टल से मान ला नंगे हथियार लैके आए ही, रजे ही गोली सिक्के दे, नशे पत्ते वाले मुंडे ही सारे, घट तो घट होने 25-30 जने सारे को हथियार से तकरीबन जी, गोलियां घट तो घट 25-30 फायर किए आई, 25-30 फायर किए आ, ना कापे हथियार संद सारे को ही, ਤਾਹੀ ਤਾਂ ਪਿੰਡ ਵਾਲੇ ਨਿਕਲੇ ਨੀ ਡਰਦੇ, ਫਿਰ ਰਾਤ ਨੂੰ ਜੀ ਉਹ ਟਾਈਮ ਗਲਤ ਸੀ, ਤੇ ਆਂਢ ਗਵਾਂਢ ਵੀ ਬੱਚੇ ਹੀ ਸਾਰਿਆਂ ਦੇ ਹੁਣ ਕਹਿਵੇ ਹੀ ਦੇ ਵਾਰਨਿੰਗ ਦਿੰਦੇ ਸੀ ਆ ਜਾਓ ਜਿੰਨੇ ਆ ਜਾਓ, ਜਿਹੜਾ ਦੱਸ ਕੇ ਆਉਂਦੇ ਜਾਂ ਗੱਲ ਕਰਦੇ ਫਿਰ ਪਿੰਡ 'ਚੋਂ ਅਸੀਂ ਲੰਘਣ ਕਿਵੇਂ ਦਿੰਦੇ, 10 ਵਜੇ ਦਾ ਟਾਈਮ ਸੀ ਰਾਤ, ਤਾਂ ਕਰਕੇ ਸਾਡੇ ਕੋਲ ਕੁਛ ਹੋਇਆ ਨਹੀਂ, ਇਹ ਸ਼ਹਿਰ ਦੇ ਬਸਤੀਆਂ ਦੇ ਜੀ, ਆਵਾ ਬਸਤੀ ਅਤੇ ਬੋਰੀਆਂ ਵਾਲੀ ਬਸਤੀ ਦੇ ਸੀ, ਬਾਕੀ ਆਸੇ ਪਾਸੇ ਬਸਤੀ ਦੇ ਹੋਣੇ ਜੀ। ਅਮਰੀਕ ਸਿੰਘ ਜੀ, ਅਮਰੀਕ ਸਿੰਘ ਪਿੰਡ ਮੇਰਾ ਜੀ, ਇਹੀ ਘਰ ਕੁੰਡੇ ਪਿੰਡ ਜੀ, ਕੀ ਹੋਇਆ ਜੀ? ਜਿਹੜਾ ਕਾਂਡ ਹੋਇਆ ਜੀ, ਮੈਂ ਗਿਆ ਸੀ ਗੁੜੀਆਂ ਨੂੰ ਲੋਹੜੀ ਦੇਣ ਜੀ, ਤੇ ਬਾਅਦ ਚ ਸਾਨੂੰ ਪਿੰਡ ਵਾਲਾ ਬਾਅਦ ਚ ਦੱਸਿਆ ਜੀ ਮੇਰੀ ਭੰਨ ਤੋੜ ਸਾਰਾ ਕੁਛ ਕਰ ਗਿਆ ਜੀ, ਫਿਰ ਮੈਂ ਕੱਲ ਆਇਆ ਸੀ, ਕੱਲ ਫਿਰ ਮੈਂ ਮੰਗ ਕੀਤੀ ਪੁਲਿਸ ਨੂੰ, ਮੈਂ ਜੀ ਮੇਰੇ ਇਹਨਾਂ ਦੀ ਕਾਰਵਾਈ ਕੀਤੀ ਜਾਵੇ ਜੀ, ਮੈਨੂੰ ਨਾ ਅਕਲ ਜਿਹੜਾ ਮੇਰਾ ਬੰਦ ਹੈ ਮੈਨੂੰ ਦਿੱਤਾ ਜਾਣਾ, ਇਨਸਾਫ ਦੇਣਾ ਚਾਹੀਦਾ। ਦੋ ਕਾਰਤੂਸ ਜੀ ਮੈਨੂੰ ਤਾਂ ਲੱਭੇ ਜੀ, ਬਾਕੀ ਅੰਦਰ ਭੱਜ ਟੁੱਟ ਹੋਈ, ਉਸ ਵਕਤ ਹੋਰ ਵੀ ਕੋਈ ਬਰਾਮਦ ਹੋਈ ਜਾਣ ਚੱਲ ਰਹੀ ਆ। ਦੇਖੋ ਭੰਨ ਤੋੜ ਜ਼ਰੂਰੀ ਆ, ਇਹ ਤਾਂ ਸਾਫ਼ ਗੱਲ ਹੈਗੀ ਆ, ਪਰ ਇਹ ਜਦੋਂ ਇਹਦਾ ਮੁੰਡਾ ਜਿਹੜਾ ਜਿਹਨਾਂ ਨੇ ਇਹਦੀ ਲਾਗਡਾ ਡਿੱਗੀ ਆ, ਉਹ ਜਦ ਤੱਕ ਸਾਨੂੰ ਸਾਹਮਣੇ ਨਹੀਂ ਆਉਂਦਾ ਉਦੋਂ ਤੱਕ ਕੁਛ ਬੰਦੇ ਬਾਰੇ ਨਹੀਂ ਕਹਿ ਸਕਦੇ। ਪੜਤਾਲ ਚੱਲ ਰਹੀ ਆ, ਤਫਤੀਸ਼ ਕਰਨ ਤੋਂ ਬਾਅਦ ਜਦ ਮਾਮਲਾ ਸਾਹਮਣੇ ਆਏਗਾ ਤੁਹਾਨੂੰ ਦੱਸ ਦਿੱਤਾ ਜਾਏਗਾ। ਹਾਂ ਕਿਵੇਂ ਗੋਲੀਆਂ ਭਾਜੀ, ਜਿਹੜੀ ਗੋਲੀਆਂ ਨੇ ਇਹ ਫਰੈਂਸਿਕ ਸਾਇੰਸ ਲੈਬੋਰਟਰੀ ਭੇਜਾਂਗੇ, ਉਹ ਦੱਸੇਗਾ ਗੋਲੀਆਂ ਫਰੈਂਸ ਚੱਲੀਆਂ ਬਾਅਦ ਚੱਲੀਆਂ, ਅਗਲੀ ਕਾਰਵਾਈ ਕੀਤੀ ਜਾ ਰਹੀ ਆ। ਫਿਰ ਜਾ ਰਹੇ ਅਸੀਂ ਮੁਹੱਲੇ ਸਾਰੇ ਪਤਾ ਕੀਤਾ, 1-2 ਬੰਦੇ ਇਲਾਵਾ ਹੋਰ ਕੋਈ ਨਹੀਂ ਦੱਸ ਰਿਹਾ, ਠੀਕ ਹੈ ਜੀ। ਬਾਕੀ ਅਸੀਂ ਆਪਣੇ ਪੜਤਾਲ ਤੇ ਪੜਤਾਲ ਕਰ ਰਹੇ ਹਾਂ, ਤੇ ਜੋ ਪੜਤਾਲ ਸਾਹਮਣੇ ਆਏਗੀ ਉਹਦੇ ਮੁਤਾਬਕ ਕਾਰਵਾਈ ਕਰਾਂਗੇ, ਫਿਰ ਜਾ ਅਸੀਂ ਕਾਰਵਾਈ ਕਰਨ ਜਾ ਰਹੇ ਹਾਂ, ਠੀਕ ਹੈ ਜੀ। Subscribe to our YouTube channel News DNN by clicking the bell icon. Don't forget to like, comment and share.